ਅੱਜ ਗੱਲ ਕਰਾਂਗੇ ਮਹਿੰਦਰਾ ਦੀ ਨਵੀਂ ਲਾਂਚ ਹੋਈ ਤਾਰ ਦੀਆਂ। ਬਹੁਤ ਹੀ ਡਿਫਰੈਂਟ ਡਿਫਰੈਂਟ ਕਲਰ ਦੇ ਵਿੱਚ ਆਈ ਹੈ। ਮੋਟੇ ਤੌਰ 'ਤੇ ਇਹਦੇ ਵਿੱਚ ਦੋ ਹੀ ਚੇਂਜ ਕੀਤੇ ਗਏ ਨੇ। ਇੱਕ ਤਾਂ ਇਹਦਾ ਸਾਈਜ਼ ਵਧਾ ਦਿੱਤਾ ਗਿਆ ਹੈ ਅਤੇ ਇਹਦੇ ਵਿੱਚ ਨਵਾਂ ਸਨਰੂਫ ਲਾਂਚ ਕੀਤਾ ਗਿਆ ਹੈ ਅਤੇ ਇਹਦੇ ਮੂਹਰੇ ਇਹਦਾ ਨਾਮ ਰੱਖਿਆ ਗਿਆ ਮਹਿੰਦਰਾ ਥਾਰ ਰੌਕਸ। ਅਤੇ ਇਹਦੇ ਡੈਸ਼ਬੋਰਡ ਦੀ ਗੱਲ ਕਰੀਏ ਬਹੁਤ ਹੀ ਸੋਹਣਾ ਦੇਖਣ ਨੂੰ ਲੁੱਕ ਹੈ ਜੀ। ਉਹਦੇ ਉੱਤੇ ਮੂਹਰੇ ਲਿਖਾ ਹੈ ਮਹਿੰਦਰਾ ਅਤੇ ਡਿਫਰੈਂਟ ਕਲਰ ਦੇ ਵਿੱਚ ਆਈ ਆ, ਬਲੈਕ, ਬਰਾਊਨ, ਰੈੱਡ। ਅਤੇ ਇਹਦੇ ਵਿੱਚ ਇੱਕ ਨਵਾਂ ਪਾਰਕਿੰਗ ਆਟੋ ਹੋਲਡ ਬਟਨ ਰੱਖਿਆ ਗਿਆ, ਮੈਨੂਅਲ ਆ ਗਈ ਸਾਰੀ। ਬਾਕੀ ਇਹਦੇ ਇੰਟੀਰੀਅਰ ਦੀ ਗੱਲ ਕਰੀਏ ਬਹੁਤ ਸੋਹਣਾ ਅੰਦਰੋਂ ਦੇਖਣ ਦੇ ਵਿੱਚ, ਵਾਈਟ ਕਲਰ ਦੇ ਵਿੱਚ। ਜੋ ਇਹਦੀ ਖਾਸੀਅਤ ਹੈ ਉਹਦੇ ਵਿੱਚ ਸਨਰੂਫ ਆ ਜੋ ਕਿ ਸਵਿੱਚ ਦੇ ਨਾਲ ਹੀ ਖੋਲ੍ਹਿਆ ਜਾ ਸਕਦਾ ਹੈ ਅਤੇ ਬੰਦ ਕੀਤਾ ਜਾ ਸਕਦਾ ਹੈ। ਅਤੇ ਇਹਦੇ ਵਿੱਚ ਬੈਕ ਦੇ ਵਿੱਚ ਇੱਕ ਸਪੇਸ ਖਾਲੀ ਕਰ ਸੈੱਟ ਕੀਤੀ ਗਈ ਹੈ। ਇੱਕ ਸ਼ੀਸ਼ੇ ਦੇ ਉੱਤੇ ਲੋਗੋ ਲਗਾਇਆ ਗਿਆ, ਉੱਠ ਦਾ ਬਣਾਇਆ ਗਿਆ ਸੋਹਣਾ ਦੇਖਣ ਨੂੰ। ਬਾਕੀ LED ਲਾਈਟਾਂ ਨੇ ਬੈਕ 'ਤੇ, ਟਾਇਰ ਆ ਇੱਕ ਅਤੇ ਡੱਗੀ ਆ ਬਹੁਤ ਸੋਹਣੀ ਖੁੱਲ੍ਹੀ ਖੁੱਲ੍ਹੀ, ਵਿੱਚ ਕੁਝ ਵੀ ਰੱਖ ਸਕਦੇ ਹੋ ਤੁਸੀਂ ਸਮਾਨ ਵਗੈਰਾ। ਅਤੇ ਅੰਦਰੋਂ ਗੱਲ ਕਰੀਏ ਬਹੁਤ ਸੋਹਣੀ ਲੁੱਕ ਦਿੱਤੀ ਗਈ ਹੈਗੀ ਡੈਸ਼ਬੋਰਡ ਨੂੰ। ਅਤੇ ਬੈਕ 'ਤੇ ਕੈਮਰਾ ਦਿੱਤਾ ਗਿਆ 360। ਪਾਰਕ ਕਰਨੀ ਬਹੁਤ ਸੌਖੀ ਆ, ਸੇਫਟੀ ਆ। ਇਹ ਵੈਰੀਐਂਟ ਦੇ ਵਿੱਚ ਲਾਂਚ ਕੀਤੀ ਗਈ ਆ, ਪੈਟਰੋਲ, ਡੀਜ਼ਲ। ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ, ਇੱਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਸਬਸਕ੍ਰਾਈਬ ਕਰ ਲਓ ਜੀ।